ਬਿਲਕੁਲ ਮਤਲਬ ਬਾਈ ਜੀ ਇਹਦੇ ਵਿੱਚ ਦਿਖਾਉਣਾ ਵੀ ਚਾਹੀਦਾ ਫਿਲਮ ਦੇ ਵਿੱਚ ਵੀ ਕਹਿ ਲਓ ਵੀ ਪੋਲੀਟੀਸ਼ੀਅਨ ਵੀ ਕਿਤੇ ਨਾ ਕਿਤੇ ਇਹਨਾਂ ਦਾ ਹੱਥ ਹੁੰਦਾ ਨਹੀਂ ਉਹਦੀ ਮੈਂ ਕਹਿਣਾ ਜੜ 'ਚ ਜਾਣਾ ਚਾਹੀਦਾ ਵੀ ਜੇ ਬੰਦਾ ਕੋਈ ਗੈਂਗਸਟਰ ਬਣਦਾ ਹੈ ਆਖਿਰ ਉਹਦਾ ਰੀਜ਼ਨ ਕੀ ਹੈ ਆਪਾਂ ਨੂੰ ਰੀਜ਼ਨ ਵੀ ਦਿਖਾਉਣਾ ਚਾਹੀਦਾ ਹੈ ਔਰ ਉਹਦਾ ਐਂਡ ਵੀ ਪੋਜ਼ਿਟਿਵ ਦਿਖਾਉਣਾ ਚਾਹੀਦਾ ਹੈ ਅਲਟੀਮੇਟਲੀ ਮੂਵੀ ਮੈਸੇਜ ਕੀ ਦੇ ਰਹੀ ਹੈ ਇਹ ਬੜਾ ਜ਼ਰੂਰੀ ਹੈ ਜੇ ਮੈਸੇਜ ਨੈਗੇਟਿਵ ਜਾ ਰਿਹਾ ਹੈ ਫਿਰ ਗਲਤ ਗੱਲ ਹੈ ਚਾਹੇ ਕੋਈ ਗਾਣਾ ਹੈ ਚਾਹੇ ਮੂਵੀ ਹੈ ਮੈਸੇਜ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ ਜੀ ਜਿਹੜੀ ਲੜਾਈ ਹੈ ਸਾਰੇ ਦਿਲ ਦੇ ਬੜੇ ਵਧੀਆ ਨਹੀਂ ਵੀ ਇਕੱਠੇ ਹੋ ਜਾਓ ਉਹ ਹੈ ਹੀ ਇਕੱਠੇ ਨੇ ਅਲੱਗ ਕਿਹਨੇ ਕਹਿਤਾ ਨਹੀਂ ਪਰ ਰਿਪਲਾਈ ਤਾਂ ਸਿੱਧੂ ਮੂਸੇ ਵਾਲਾ ਪੂਰੇ ਦਿੰਦਾ ਲੋਕੀ ਚਾਹੁੰਦੇ ਆ ਕਿ ਐਂਟਰਟੇਨਮੈਂਟ ਹੋਵੇ ਐਂਟਰਟੇਨਮੈਂਟ ਗਾਣੇ ਨਾਲ ਵੀ ਹੋ ਸਕਦਾ ਗੱਲਾਂ ਨਾਲ ਵੀ ਹੋ ਸਕਦਾ ਪਬਲਿਕ ਚਾਹੁੰਦੀ ਹੈ ਐਂਟਰਟੇਨ ਹੋ ਰਿਹਾ ਉਹਨਾਂ ਦਾ ਟਾਈਮ ਤਾਂ ਬਚਪਨ ਤੋਂ ਹੀ ਪੈ ਗਿਆ ਸੀ ਜਦੋਂ ਫਾਦਰ ਸਾਹਿਬ ਐਕਸਪਾਇਰ ਹੋਏ ਆ ਮੈਂ 3 ਸਾਲ ਦਾ ਸੀਗਾ ਔਰ ਬਹੁਤ ਮਾੜਾ ਟਾਈਮ ਦੇਖਿਆ ਮਤਲਬ ਇਹ ਉਮੀਦ ਨਹੀਂ ਸੀਗੀ ਕਿ ਆਪਾਂ ਪੜ੍ਹ ਵੀ ਜਾਵਾਂਗੇ ਕਿ ਨਹੀਂ ਸਾਡੇ ਇੱਦਾਂ ਦੀ ਕੋਸ਼ਿਸ਼ਾਂ ਵੀ ਹੋਈਆਂ ਕਿ ਸਾਨੂੰ ਗਾਉਣ ਦਾ ਸ਼ੌਂਕ ਸੀਗਾ ਮਤਲਬ ਸ਼ੌਂਕ ਤਾਂ ਬਚਪਨ ਤੋਂ ਹੀ ਸੀਗਾ ਇੱਦਾਂ ਦੀ ਕੋਸ਼ਿਸ਼ ਵੀ ਹੋਈ ਹੈ ਕਿ ਸਾਨੂੰ ਇਹਨਾਂ ਨੂੰ ਮਾਰ ਕੇ ਜ਼ਮੀਨ ਸਾਂਭ ਲਓ ਇਹਨਾਂ ਨੂੰ ਨਸ਼ਿਆਂ 'ਤੇ ਲਾ ਦਿਓ ਔਰ ਇੱਦਾਂ ਦਾ ਟਾਈਮ ਵੀ ਹੈ ਕਿ ਸਾਡੀ ਮਾਂ ਨੇ ਬਹੁਤ ਔਖਾ ਪਾਲਿਆ ਸਾਨੂੰ ਇੱਦਾਂ ਦਾ ਟਾਈਮ ਵੀ ਦੇਖਿਆ ਰੱਬ ਨਾ ਕਰੇ ਮੈਂ ਉੱਥੋਂ ਪਵਾ ਲਓ ਕਰਨ ਤੋਂ ਪਵਾ ਲਓ ਕਿਸੇ ਨੇ ਨਹੀਂ ਦੇਖਣਾ ਨਾ ਸ਼ੇਅਰ ਕਰਨਾ ਤੁਸੀਂ ਪਵਾ ਲਓ ਹੈ ਨਾ ਤੇਰੀ ਭੈਣ ਦੀ ਤੇਰੀ ਮਾਂ ਦੀ ਤੂੰ ਕੰਜਰ ਹੈ ਤੂੰ ਫਲਾਨਾ ਹੈ ਚਾਹੇ ਤੁਸੀਂ ਆਪ ਦੀ ਵੀ ਪਾ ਲਓ ਤੁਸੀਂ ਗਾਲਾਂ ਕੱਢਣ ਲੱਗ ਜਾਓ ਮੈਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹੋਸਟ ਮੋਹਿਤ ਗੱਲ ਜੋ ਦਿਲੋਂ ਕਰਦਾ ਬਾਕੀ ਛੁੱਟਦੇ ਛੱਡਦਾ ਔਰ ਸਾਡੇ ਨੋ ਗੈਸਟ ਮੌਜੂਦ ਨੇ ਜੋ ਕਹਿ ਲਓ ਵੀ ਨਾਗਣੀ ਖਾਂਦੇ ਆ ਸਵੇਰੇ ਤੜਕੇ ਉੱਠ ਕੇ ਇਹਨਾਂ ਦਾ ਗਾਣਾ ਬਹੁਤ ਜ਼ਿਆਦਾ ਚੱਲਿਆ ਸੀ ਭਾਬੀ ਤੁਹਾਡੀ ਐਂਡ ਅਤੇ ਬਿਲਕੁਲ ਸਹੀ ਪਛਾਣਾ ਸਾਡੇ ਨਾਲ ਬੈਠੇ ਨੇ ਰੇਸ਼ਮ ਸਿੰਘ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਹੁਤ ਅੱਛੇ ਚੜ੍ਹਦੇ ਅਤੇ ਨਾਗਣੀ ਦਾ ਹੁਣ ਰੇਟ ਵਧਿਆ ਘਟਿਆ ਵੀਰੇ ਮੈਨੂੰ ਨਹੀਂ ਪਤਾ ਹੈਗਾ ਰਾਈਟਰ ਨੂੰ ਪੁੱਛਣਾ ਮੈਨੂੰ ਜਾ ਕੇ ਜੀ ਨਹੀਂ ਤੁਸੀਂ ਮਤਲਬ ਇਹ ਕਰਿਆ ਨਹੀਂ ਵੀ ਯਾਰ ਨਾਗਣੀ ਪਰ ਗਾਣਾ ਕਰਨਾ ਛੱਡੋ ਨਹੀਂ ਮੈਂ ਨਹੀਂ ਕੀਤਾ ਆਡੀਅੰਸ ਨੂੰ ਪਸੰਦ ਕੀਤਾ ਮੈਂ ਤਾਂ 30-40 ਗਾਣੇ ਕੀਤੇ ਆ ਜ਼ਿਆਦਾ ਪਸੰਦ ਹੀ ਉਹੀ ਕੀਤਾ ਬਿਲਕੁਲ ਸਹੀ ਗੱਲ ਹੈ ਤੇ ਉਦਾਂ ਰੇਸ਼ਮ ਬਾਈ ਤੁਹਾਡੀ ਲਾਈਵ ਬਾਰੇ ਜਾਣਦੀ ਕਿੰਨੇ ਕੁ ਸਾਲ ਤੁਸੀਂ 5-6 ਸਾਲ ਪਿੱਛੇ ਚੱਲਦੇ ਆ ਜੀ ਜਦੋਂ ਰੇਸ਼ਮ ਮੋਰ ਸਟਰਗਲ ਕਰ ਰਿਹਾ ਸੀ ਕਿੰਨਾ ਦੇ ਟਾਈਮ ਦੇਖਣੇ ਪਏ ਤੁਹਾਨੂੰ ਟਾਈਮ ਤਾਂ ਬਚਪਨ ਤੋਂ ਹੀ ਪੈ ਗਿਆ ਸੀ ਜਦੋਂ ਫਾਦਰ ਸਾਹਿਬ ਐਕਸਪਾਇਰ ਹੋਏ ਆ ਮੈਂ 3 ਸਾਲ ਦਾ ਸੀਗਾ ਔਰ ਬਹੁਤ ਮਾੜਾ ਟਾਈਮ ਦੇਖਿਆ ਮਤਲਬ ਇਹ ਉਮੀਦ ਨਹੀਂ ਸੀਗੀ ਕਿ ਆਪਾਂ ਪੜ੍ਹ ਵੀ ਜਾਵਾਂਗੇ ਕਿ ਨਹੀਂ ਸਾਡੇ ਇੱਦਾਂ ਦੀ ਕੋਸ਼ਿਸ਼ਾਂ ਵੀ ਹੋਈਆਂ ਕਿ ਸਾਨੂੰ ਗਾਉਣ ਦਾ ਸ਼ੌਂਕ ਸੀਗਾ ਮਤਲਬ ਸ਼ੌਂਕ ਤਾਂ ਬਚਪਨ ਤੋਂ ਹੀ ਸੀਗਾ ਇੱਦਾਂ ਦੀ ਕੋਸ਼ਿਸ਼ ਵੀ ਹੋਈ ਹੈ ਕਿ ਸਾਨੂੰ ਇਹਨਾਂ ਨੂੰ ਮਾਰ ਕੇ ਜ਼ਮੀਨ ਸਾਂਭ ਲਓ ਇਹਨਾਂ ਨੂੰ ਨਸ਼ਿਆਂ 'ਤੇ ਲਾ ਦਿਓ ਔਰ ਇੱਦਾਂ ਦਾ ਟਾਈਮ ਵੀ ਹੈ ਕਿ ਸਾਡੀ ਮਾਂ ਨੇ ਬਹੁਤ ਔਖਾ ਪਾਲਿਆ ਸਾਨੂੰ ਇੱਦਾਂ ਦਾ ਟਾਈਮ ਵੀ ਦੇਖਿਆ ਰੱਬ ਨਾ ਕਰੇ ਆ ਨਹੀਂ ਫਿਰ ਤੁਸੀਂ ਉਸ ਟਾਈਮ ਉਮਰ ਕਿੰਨੀ ਸੀ ਉਦੋਂ ਧਮਕੀ ਦਿੰਦੇ ਸੀ ਉਦੋਂ ਤਾਂ 5-6 ਸਾਲ ਜਦੋਂ ਬੱਚੇ ਸੀ ਬੱਚੇ ਸੀ ਉਦੋਂ ਦੀ ਗੱਲ ਹੈ ਮੈਂ ਮੇਰਾ ਬ੍ਰਦਰ ਡਾਕਟਰ ਨਿਰਮਲ ਸਿੰਘ ਐਡਵੋਕੇਟ ਸਰਮਨ ਸਿੰਘ 3 ਬ੍ਰਦਰ ਹਾਂ ਆਪਾਂ ਨਹੀਂ ਫਿਰ ਘਰ ਦਾ ਖਰਚਾ ਰਿਸ਼ਮ ਬਾਈ ਕਿੱਦਾਂ ਚੱਲਦਾ ਸੀ ਨਹੀਂ ਉਦੋਂ ਤਾਂ ਸਾਡੇ ਕੋਲ ਪਹਿਲੀ 40-50 ਏਕੜ ਜ਼ਮੀਨ ਹੈ ਸਾਡੇ 40 ਕਿੱਲੇ ਜ਼ਮੀਨ ਹੈ ਆਪਣੀ ਅਤੇ ਉਹ ਕਦੇ ਠੇਕੇ 'ਤੇ ਦੇ ਦਿੰਦੇ ਸੀਗੀ ਪਰ ਕੋਈ ਚਾਚਾ ਤਾਇਆ ਨਹੀਂ ਸੀਗਾ ਮੰਮਾ ਇਕੱਲੇ ਸੀਗੇ ਬਹੁਤ ਔਖਾ ਹੁੰਦਾ ਜਦੋਂ ਜਵਾਨੀ 'ਚ ਕਿਸੇ ਦਾ ਹਸਬੈਂਡ ਮਰ ਜਾਵੇ ਹੈ ਨਾ ਤਾਂ ਉਹ ਮਾੜਾ ਟਾਈਮ ਸੀਗਾ ਇੱਕ ਬਹੁਤ ਮਾੜਾ ਉਸ ਤੋਂ ਬਾਅਦ ਫਿਰ ਚਲੋ ਵੱਡੇ ਹੋ ਗਏ ਫਿਰ ਕਿੱਦਾਂ ਇੰਡਸਟਰੀ 'ਚ ਹੋਇਆ ਸੋਚਿਆ ਨਹੀਂ ਵੀ ਯਾਰ ਵੀ ਇਹਦੇ 'ਚ ਪੈਸੇ ਬਹੁਤ ਲੱਗਦੇ ਆ ਹਾਂਜੀ ਬਹੁਤ ਬੜਾ ਮਿੱਥ ਬਣਾਇਆ ਹੋਇਆ ਕਹਿੰਦੇ ਇੰਡਸਟਰੀ 'ਚ ਜੇਕਰ ਤੁਸੀਂ ਆਉਣਾ ਤਾਂ 10-20 ਲੱਖ ਰੁਪਏ ਦਾ ਇੱਕ ਗਾਣਾ ਬਣਦਾ ਨਹੀਂ 10-20 'ਚ ਨਹੀਂ ਸਰਦਾ ਹਾਂ ਮੈਂ ਤਾਂ ਘੱਟ ਤੋਂ ਘੱਟ 1.5-1.5 ਕਰੋੜ ਲਾਇਆ ਹੋਇਆ ਘਰ ਹਾਂਜੀ ਅਤੇ ਇਹ ਮੇਰੀ ਗੁੱਡ ਲੱਕ ਹੈ ਕਿ ਮੇਰੇ ਬ੍ਰਦਰ ਨੇ ਡਾਕਟਰ ਨਿਰਮਲ ਸਿੰਘ ਔਰ ਐਡਵੋਕੇਟ ਸਰਮਨ ਸਿੰਘ ਹੁਣ ਇੰਗਲੈਂਡ ਸੈੱਟ ਨੇ ਜਿਹੜੇ ਉਹਨਾਂ ਨੇ ਮੈਨੂੰ ਪਿਓ ਦੀ ਕਮੀ ਨਹੀਂ ਕਦੇ ਫੀਲ ਹੋਣ ਦਿੱਤੀ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਜੱਟਾਂ ਨੇ ਕੰਮ ਕਰਨਾ ਹੀ ਨਹੀਂ ਇੱਦਾਂ ਦੀ ਥਿੰਕਿੰਗ ਸੀਗੀ 15 ਸਾਲ ਪਹਿਲਾਂ ਅਤੇ ਮੈਨੂੰ ਨੋਨ ਮੈਡੀਕਲ 'ਚ ਪਾ ਦਿੱਤਾ ਕਹਿੰਦਾ ਵੀ ਇੰਜੀਨੀਅਰ ਬਣਨਾ ਹੈ ਪਰ ਧਿਆਨ 24 ਘੰਟੇ ਗਾਇਕੀ 'ਚ ਰਹਿੰਦਾ ਸੀਗਾ ਫਿਰ ਕੰਪੀਟੀਸ਼ਨ ਹੋਇਆ ਇੱਕ ਆਵਾਜ਼ ਪੰਜਾਬ ਦੀ 2000 ਮੈਂ ਤੇ ਹਾਂਜੀ ਰਣਜੀਤ ਬਾਬਾ ਉਹਦੇ 'ਚ ਸੀਗੇ ਹਾਂਜੀ ਮੈਂ ਵੀ ਉਹਦੇ 'ਚ ਆਊਟ ਹੋਇਆ ਜਦੋਂ ਟੌਪ 10 ਤੋਂ ਅਤੇ ਬਾਬਾ ਵੀਰਾ ਬਹੁਤ ਰੋਏ ਸੀਗੇ ਉਹਦੇ ਸਾਨੂੰ ਲੱਗਿਆ ਕਿ ਖਤਮ ਹੋ ਗਈ ਹੈ ਜ਼ਿੰਦਗੀ ਪਰ ਉਦੋਂ ਸ਼ੁਰੂ ਹੋਇਆ ਸੀਗਾ ਉਹਨੇ ਇੱਕ ਅੱਗ ਪੈਦਾ ਕੀਤੀ ਸਾਡੇ ਅੰਦਰ ਔਰ ਮੈਂ ਵੀ ਹਿੱਟ ਹੋ ਗਿਆ ਬਾਬਾ ਵੀਰਾ ਵੀ ਹਿੱਟ ਕਿੱਦਾਂ ਹੋਏ ਦੋਸਤੋ ਇੱਕੋ ਇੱਕ ਲਗਤ ਗੱਲ ਖਤਮ ਕਰਤੀ ਲੋਕਾਂ ਨੂੰ ਇਹ ਚੀਜ਼ ਪਤਾ ਹਾਂਜੀ ਉਦੋਂ ਘਰਦਿਆਂ ਨੂੰ ਵੀ ਲੱਗਿਆ ਜਦੋਂ ਮੈਂ 8-10 ਹਜ਼ਾਰ ਪਾਰਟੀਸਪੈਂਟਾਂ ਨੇ ਆਡੀਸ਼ਨ ਦਿੱਤਾ ਜਦੋਂ ਮੈਂ ਟੌਪ 10 ਚ ਪਹੁੰਚਿਆ ਘਰਦਿਆਂ ਨੂੰ ਲੱਗਿਆ ਯਾਰ ਵੀ ਇਹਨੂੰ ਸਪੋਰਟ ਕਰਨਾ ਚਾਹੀਦਾ ਵੀ ਕੁਝ ਹੈਗਾ ਇਹਦੇ ਔਰ ਉਸ ਤੋਂ ਬਾਅਦ ਮੈਂ ਕੁਰੂਕਸ਼ੇਤਰਾ ਯੂਨੀਵਰਸਿਟੀ 'ਚ 3 ਸਾਲ ਲਗਾਤਾਰ ਗੋਲਡ ਮੈਡਲਿਸਟ ਰਿਹਾ ਪੰਜਾਬੀ ਫੋਕ 'ਚ ਵੀ ਹਰਿਆਣਵੀ ਫੋਕ 'ਚ ਵੀ ਇੱਕ ਉਹਨੂੰ ਵੇਖ ਕੇ ਔਰ ਇੱਕ ਆਵਾਜ਼ ਪੰਜਾਬ ਦੇ ਵਿੱਚ ਦੇਖ ਕੇ ਜਦੋਂ ਲੋਕਾਂ ਨੇ ਪਿਆਰ ਦਿੱਤਾ ਫਿਰ ਘਰਦਿਆਂ ਨੇ ਸਪੋਰਟ ਕਰਨੀ ਸ਼ੁਰੂ ਕੀਤੀ ਮੇਰੇ ਬ੍ਰਦਰ ਡਾਕਟਰ ਨਿਰਮਲ ਸਿੰਘ ਕਹਿੰਦੇ ਵੀ ਹਰ ਸਾਲ
ਜਦੋਂ ਆਪਾਂ ਬਾਸਮਤੀ ਲਾਉਂਦੇ ਹਾਂ ਜ਼ਿਆਦਾ ਖੇਤਾਂ 'ਚ, ਹਰ ਸਾਲ ਬਾਸਮਤੀ ਕੱਟਣੀ, ਉਹਦੇ ਤੋਂ 4-5 ਲੱਖ ਦੀ ਐਫ ਡੀ ਕਰਾ ਦੇਣੀ, ਕਣਕ ਕੱਟਣੀ ਫਿਰ ਐਫ ਡੀ ਕਰਾ ਦੇਣੀ। ਬ੍ਰਦਰ ਕਹਿੰਦਾ ਤੂੰ ਨਾਲ ਨਾਲ ਸਿੱਖ ਅਤੇ ਆਪਾਂ ਪੈਸੇ ਜੋੜ ਦੇ। ਮੈਨੂੰ ਉੱਥੋਂ ਬਾਪੂ ਦੇਵ ਤਰੀਕੇ ਵਾਲੇ ਨੇ ਸੁਣਿਆ, ਉਹਨਾਂ ਦਾ ਗੀਤ ਗਾਇਆ ਸੀ ਮੈਂ ਆਵਾਜ਼ ਪੰਜਾਬ ਦੀ 'ਚ, ਉਹ ਮੈਨੂੰ ਉਸਤਾਦ ਮਾਣਕ ਸਾਹਿਬ ਕੋਲ ਲੈ ਗਏ, ਉਦੋਂ ਜਿੰਦੇ ਸੀਗੇ, ਅਤੇ ਉਹਨਾਂ ਤੋਂ ਲਾਈਵ ਸਟੇਜ ਦੀ ਗੁੜਤੀ ਵੀ ਮੈਨੂੰ ਮਿਲੀ ਆ, ਉਹ ਬਹੁਤ ਕੰਮ ਆ ਰਹੀ ਹੈ ਮੇਰੇ। ਅਤੇ ਇੱਦਾਂ ਕਰਕੇ ਫਿਰ ਹੌਲੀ ਹੌਲੀ ਪੈਸੇ ਇਕੱਠੇ ਕਰਕੇ 8-9 ਸਾਲ ਪਹਿਲਾਂ ਫਿਰ ਹਨੀ ਸਿੰਘ ਨਾਲ ਐਲਬਮ ਕੀਤੀ ਸੀਗੀ ਪਹਿਲੀ, ਫਿਰ ਮੇਰੀ ਐਲਬਮ 'ਤੇ 45 ਲੱਖ ਰੁਪਇਆ ਲੱਗਿਆ ਸੀ। ਉਹ 45 ਲੱਖ ਤੁਸੀਂ ਆਪਣੀ ਜੇਬ 'ਚੋਂ ਲਾਇਆ? ਆਪਣੀ ਜੇਬ ਤੋਂ ਲਾਇਆ ਸਾਰਾ। ਰਿਸਕ ਇੱਕ ਬਹੁਤ ਵੱਡਾ ਸੀ, ਰਿਸਕ ਕੀ ਜੁਆਏ ਸੀਗਾ, ਤਾਂ ਹੀ ਕਹਿ ਦਿੰਦੇ ਆ ਕਈ ਵਾਰੀ ਜ਼ਮੀਨ ਵਿਕ ਜਾਂਦੀ ਆ, ਪਰ ਫੈਮਿਲੀ ਸਪੋਰਟ ਸੀਗੀ ਬਹੁਤ ਜ਼ਿਆਦਾ। ਹਾਂਜੀ, ਘਰੋਂ ਤਾਂ ਉਹ ਸੇਵਿੰਗ ਆ ਸਾਡੀ। ਉਸ ਤੋਂ ਬਾਅਦ ਵੀ ਕਾਫੀ ਪੈਸਾ ਲੱਗਿਆ, 1.5 ਕਰੋੜ ਦੇ ਰੁਪਏ ਸਾਡਾ 4 ਲੱਖ ਤੁਸੀਂ ਇੰਨਾ ਨਾਮ ਬਣਾਇਆ। ਹਾਂਜੀ, ਕਿਉਂਕਿ ਰਿਟਰਨ ਨਹੀਂ ਹੈਗੀ ਇੰਨੀ ਜ਼ਿਆਦਾ, ਰਿਕਵਰੀ ਹੁੰਦੀ ਹੁਣ 2 ਸਾਲਾਂ ਤੋਂ ਹੋਣ ਲੱਗੀ ਹੈ, ਕਿਉਂਕਿ ਜੀਓ ਲਾਂਚ ਹੋਇਆ ਜਿਸ ਦਿਨ ਦਾ ਆਮ ਮੋਬਾਈਲਾਂ ਦੇ ਵਿੱਚ ਇੰਟਰਨੈਟ ਆ ਗਿਆ, ਹੁਣ ਥੋੜ੍ਹਾ ਕੰਪਨੀਆਂ ਵੀ ਸਪੋਰਟ ਕਰਨ ਲੱਗੀਆਂ ਕਿਉਂਕਿ ਯੂਟਿਊਬ ਤੋਂ ਇਨਕਮ ਜਨਰੇਟ ਹੋਣ ਲੱਗੀ ਆ, ਹੋਰ ਡਿਜੀਟਲ ਪਲੇਟਫਾਰਮ ਆ ਗਏ। ਪਰ 8-9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂ ਕੀਤਾ ਸੀਗਾ, ਬਹੁਤ ਘੱਟ ਸੀਗੀਆਂ, ਹਜੇ ਵੀ ਪਾਇਰੇਸੀ ਕਰਕੇ ਨਵਾਂ ਜਿਹੜਾ ਟੈਲੈਂਟ ਹੈ ਉਹਨੂੰ ਥੋੜ੍ਹਾ ਔਖਾ ਹੁੰਦਾ, ਔਖਾ ਹੁੰਦਾ ਕਿਉਂਕਿ ਰਿਕਵਰੀ ਬਹੁਤ ਘੱਟ ਹੈ ਹਜੇ ਵੀ, ਉਸ ਲੈਵਲ ਤੇ ਨਹੀਂ ਹੈਗੀ। ਹੁਣ ਆਪਾਂ ਨਵੇਂ ਦੀ ਗੱਲ ਕਰੀਏ, ਸਿੱਧੂ ਮੂਸੇਵਾਲਾ ਕਰਨ ਵਾਲਾ ਚੱਲ ਰਿਹਾ ਜੀ, ਤੇ ਇਹਨਾਂ ਦੀ ਜਿਹੜੀ ਲੜਾਈ ਹੈ ਸਾਰੇ ਦਿਲ ਦੇ ਬੜੇ ਵਧੀਆ, ਤੁਸੀਂ ਕਿਹਾ ਨੀ ਵੀ ਇਕੱਠੇ ਹੋ ਜਾਓ ਯਾਰ, ਉਹ ਹੈ ਹੀ ਇਕੱਠੇ ਨੇ, ਅਲੱਗ ਕਿਹਨੇ ਕਹਿਤਾ? ਨਹੀਂ, ਪਰ ਰਿਪਲਾਈ ਤਾਂ ਸਿੱਧੂ ਮੂਸੇਵਾਲਾ ਪੂਰੇ ਦਿੰਦਾ। ਲੋਕੀ ਚਾਹੁੰਦੇ ਆ ਕਿ ਐਂਟਰਟੇਨਮੈਂਟ ਹੋਵੇ, ਐਂਟਰਟੇਨਮੈਂਟ ਗਾਣੇ ਨਾਲ ਵੀ ਹੋ ਸਕਦਾ, ਗੱਲਾਂ ਨਾਲ ਵੀ ਹੋ ਸਕਦਾ, ਪਬਲਿਕ ਚਾਹੁੰਦੀ ਹੈ ਐਂਟਰਟੇਨ ਹੋ ਰਿਹਾ ਉਹਨਾਂ ਦਾ। ਨਹੀਂ, ਸਿੱਪੀ ਗੱਲ ਦਾ ਜਿਹੜਾ ਫਰੋਲਾ ਉਹ ਵੀ ਐਂਟਰਟੇਨਮੈਂਟ ਆ, ਪਬਲਿਕ ਚਾਹੁੰਦੀ ਹੈ ਕਿ ਸਾਨੂੰ ਮਸਾਲਾ ਚਾਹੀਦਾ ਅੱਜ ਕੱਲ੍ਹ, ਹੈ ਨਾ, ਹੁਣ ਇਹ ਇਹ ਡਿਜੀਟਲ ਯੁੱਗ ਹੈ, ਡਿਜੀਟਲ ਯੁੱਗ, ਤੇ ਉਹਨਾਂ ਨੂੰ ਨਵੀਂ ਸੰਸਨੀ ਚਾਹੀਦੀ ਹੈ। ਤੁਹਾਡਾ ਕਹਿਣ ਦਾ ਮਤਲਬ ਵੀ ਜੇਕਰ ਕੋਈ ਵੀ ਉਹਨਾਂ ਨੇ ਮਤਲਬ ਆਪਣੀ ਚੀਜ਼ ਨੂੰ ਪ੍ਰਮੋਟ ਕਰਨਾ ਤਾਂ ਇਦਾਂ ਬੋਲਣਗੇ? ਇਹ ਪਬਲਿਕ ਚਾਹੁੰਦੀ ਹੈ, ਪਬਲਿਕ ਬਹੁਤ ਛੇਤੀ ਹੈ, ਤੁਸੀਂ ਨਾ ਵਾਹਿਗੁਰੂ ਵਾਹਿਗੁਰੂ ਕਰਕੇ ਵੀਡੀਓ ਪਾਓ ਇੱਕ, ਚਾਹੇ ਸਿੱਧੂ ਮੂਸੇਵਾਲੇ ਤੋਂ ਪਵਾ ਲਓ, ਸੀਪੀ ਵੀਰੇ ਤੋਂ ਪਵਾ ਲਓ, ਬੱਬੂ ਮਾਨ ਸਾਹਿਬ ਤੋਂ ਪਵਾ ਲਓ, ਮੈਂ ਉੱਥੋਂ ਪਵਾ ਲਓ, ਕਰਨ ਤੋਂ ਪਵਾ ਲਓ, ਕਿਸੇ ਨੇ ਨਹੀਂ ਦੇਖਣਾ ਨਾ ਸ਼ੇਅਰ ਕਰਨਾ, ਤੁਸੀਂ ਪਵਾ ਲਓ, ਹੈ ਨਾ, ਤੇਰੀ ਭੈਣ ਦੀ, ਤੇਰੀ ਮਾਂ ਦੀ, ਤੂੰ ਕੰਜਰ ਹੈ, ਤੂੰ ਫਲਾਨਾ ਹੈ, ਚਾਹੇ ਤੁਸੀਂ ਆਪ ਦੀ ਵੀ ਪਾ ਲਓ, ਤੁਸੀਂ ਗਾਲਾਂ ਕੱਢਣ ਲੱਗ ਜਾਓ ਮੈਨੂੰ, ਮਾਨ ਸਾਹਿਬ ਨੂੰ ਕੱਢਣ ਲੱਗ ਜਾਓ, ਮੋਦੀ ਨੂੰ ਕੱਢਣ ਲੱਗ ਜਾਓ, ਕਿਸੇ ਨੂੰ ਵੀ ABCD, ਹੈ ਨਾ, ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਮੈਨੂੰ ਮੈਂ ਆਪਣੇ ਅੰਦਰ ਝਾਕਦਾ ਕਿ ਮੈਂ ਕੀ ਆ, ਮੈਂ ਕਿਉਂਕਿ ਰਿਐਕਟ ਕਰਨ ਤੋਂ ਪਹਿਲਾਂ, ਕਮੈਂਟ ਕਰਨ ਤੋਂ ਪਹਿਲਾਂ, ਹੈ ਨਾ, ਮੈਂ ਦੇਖਦਾ ਕਿ ਮੈਂ ਕੀ ਹਾਂ, ਮੈਨੂੰ ਆਪਣੀ ਮੂਰਖਤਾ, ਮੇਰਾ ਜਿਹੜਾ ਕਮੀਨਾਪਨ ਹੈ, ਮੇਰੀ ਬੁਰਾਈਆਂ ਨੇ, ਮੈਨੂੰ ਜ਼ਿਆਦਾ ਉਹ ਨਜ਼ਰ ਆਉਂਦੀਆਂ, ਅਤੇ ਮੈਂ ਕੋਸ਼ਿਸ਼ ਕਰਦਾ ਉਹਨਾਂ 'ਤੇ ਕਾਬੂ ਪਾਵਾਂ ਜੀ। ਅਤੇ ਹੁਣ ਬਾਈ ਜੀ ਇੱਕ ਫਿਲਮ ਆ ਰਹੀ ਹੈ ਸ਼ੂਟਰ, ਹਾਂਜੀ, ਸੁੱਖਾ ਕਾਲੋਂ 'ਤੇ ਬਣੀ ਹੈ ਜੀ, ਇਹ ਬਾਰੇ ਤੁਹਾਡੇ ਕੀ ਖਿਆਲ ਨੇ? ਕਿਉਂਕਿ ਸੁੱਖਾ ਕਾਲੋਂ ਨੂੰ ਉਹਨਾਂ ਨੇ ਮਤਲਬ ਟ੍ਰੇਲਰ ਦੇ ਵਿੱਚ ਇੱਕ ਹੀਰੋ ਦਿਖਾ ਤਾ, ਤੁਹਾਡਾ ਕੀ ਖਿਆਲ ਹੈ ਗੈਂਗਸਟਰ ਬਾਰੇ? ਜੇ ਆਪਾਂ ਗੈਂਗਸਟਰ ਕੰਸੈਪਟ ਦੀ ਗੱਲ ਕਰੀਏ, ਇੱਕ ਤਾਂ ਮੈਂ ਕਹਿੰਦਾ ਚਾਹੇ ਮੂਵੀ ਆਉਂਦੀ ਹੈ, ਚਾਹੇ ਕੋਈ ਗਾਣਾ ਆਉਂਦਾ, ਬਣਾਉਣ ਵਾਲੇ ਦਾ ਮਕਸਦ ਕੀ ਹੈ ਇਹਦੇ ਪਿੱਛੇ, ਇਹ ਬੜਾ ਜ਼ਰੂਰੀ ਹੈ। ਇੱਕ ਤਾਂ ਮਕਸਦ ਪੋਜ਼ਿਟਿਵ ਹੋਣਾ ਚਾਹੀਦਾ, ਇੱਕ ਕੋਈ ਵੀ ਚਾਹੇ ਸਮਾਜ ਦੀ ਬੁਰਾਈ ਹੈ, ਹੈ ਨਾ, ਚਾਹੇ ਜਾਂ ਹੋਰ ਕੋਈ ਚੀਜ਼ ਹੈ, ਉਹਦੀ ਜੜ 'ਚ ਜਾਣਾ ਚਾਹੀਦਾ ਹਮੇਸ਼ਾ ਹੀ, ਵੀ ਜੜ ਕੀ ਹੈ। ਜਦੋਂ ਕੋਈ ਫਿਲਮ ਬਣਾਉਂਦਾ, ਇਹ ਜੇ ਡਾਇਰੈਕਟਰ ਨੇ ਇਹ ਚੀਜ਼ ਪੇਸ਼ ਕੀਤੀ ਹੈ, ਕਿਉਂਕਿ ਫਿਲਮ ਹਜੇ ਮੈਂ ਦੇਖੀ ਨਹੀਂ ਹੈਗੀ, ਟ੍ਰੇਲਰ ਦੇਖਿਆ ਤੁਸੀਂ? ਟ੍ਰੇਲਰ ਮੈਂ ਦੇਖਿਆ, ਟ੍ਰੇਲਰ ਦੇ ਵਿੱਚ ਕਹਿ ਲਓ ਵੀ ਉਹਨੇ ਕਈ ਮਤਲਬ ਬੰਦੇ ਤੇ ਗੋਲੀਆਂ ਵੀ ਮਾਰੀਆਂ, ਹਾਂਜੀ ਹਾਂ, ਹੁਣ ਮਤਲਬ ਉਹਨੂੰ ਟ੍ਰੇਲਰ ਦੇ ਵਿੱਚ ਹੀਰੋ ਦਿਖਾਤਾ, ਐਕਚੁਅਲੀ ਕਿੱਥੇ ਮਤਲਬ ਲੋਕਾਂ ਤੇ ਇਫੈਕਟ ਨਹੀਂ ਕਰੂਗਾ ਜੀ? ਲੋਕਾਂ ਤੇ ਮੈਂ ਜਿਹੜੇ ਕਈ ਗਾਣਿਆਂ ਤੇ ਵੀ ਕਿੰਤੂ ਪਰੰਤੂ ਹੁੰਦਾ ਹੈ, ਜਿਨ੍ਹਾਂ 'ਚ ਹੈ ਨਾ ਹਥਿਆਰਾਂ ਦੀ ਗੱਲ ਹੁੰਦੀ ਹੈ, ਇਹਦੀ ਜਿਹੜੀ ਬੇਸਿਕ ਜੜ ਹੈ, ਮੈਂ ਸਮਝਦਾ ਸਾਡੇ ਸਾਰਿਆਂ ਦੇ ਅੰਦਰ ਨਾ ਈਗੋ ਬਹੁਤ ਜ਼ਿਆਦਾ ਹੈ, ਸਾਡੇ ਚਾਹੇ ਗੁਰੂਆਂ ਨੇ ਲਾ ਲਓ, ਬਜ਼ੁਰਗਾਂ ਨੇ ਲਾ ਲਓ, ਹੈ ਨਾ, ਹਮੇਸ਼ਾ ਗੱਲ ਕਹੀ ਹੈ ਕਿ ਆਪਾਂ ਇਹਨਾਂ ਚੀਜ਼ਾਂ ਨੇ ਮਾਰੇ ਹੋਏ ਹਾਂ, ਕਾਮ, ਕ੍ਰੋਧ, ਲੋਭ, ਮੋਹੰਕਾਰ ਦੀ ਗੱਲ ਕਰਦੇ ਹਾਂ, ਇਹ ਚੀਜ਼ਾਂ ਸਾਡੇ ਅੰਦਰ ਜ਼ਿਆਦਾ ਨੇ, ਹੈ ਨਾ, ਜਦੋਂ ਕਾਮ ਦੀ ਗੱਲ ਹੁੰਦੀ ਹੈ ਕਿਸੇ ਗਾਣੇ 'ਚ, ਜਦੋਂ ਈਗੋ ਦੀ ਮੈਂ ਇੱਦਾਂ, ਹੈ ਨਾ, ਜਦੋਂ ਉਹ ਚੀਜ਼ ਆਉਂਦੀ ਹੈ ਤਾਂ ਲੋਕਾਂ ਦੀ ਈਗੋ ਸੈਟਿਸਫਾਈ ਹੁੰਦੀ ਹੈ ਇਹਦੇ ਨਾਲ, ਚਾਹੇ ਨਾ ਚਮਕੀਲੇ ਦੇ ਗਾਣੇ ਲੈ ਲਓ, ਜਿੱਥੇ ਵੀ ਬੈਲ ਪੁਣੇ ਦੀ ਗੱਲ ਆਉਂਦੀ ਹੈ, ਅੱਜ ਕੱਲ੍ਹ ਦੇ ਗੀਤਾਂ ਦੇ, ਜਿੱਥੇ ਵੀ ਮੈਂ ਦੀ ਗੱਲ ਆਉਂਦੀ ਹੈ, ਲੋਕ ਐਕਸੈਪਟ ਜ਼ਿਆਦਾ ਕਰਦੇ ਆ। ਇਸ ਤੋਂ ਪਹਿਲਾਂ ਮੂਵੀ ਆਈ ਸੀ ਰੁਪਿੰਦਰ ਗਾਂਧੀ, 1 2 ਆਈ, ਹੈ ਨਾ, 2 ਕਿਉਂ ਆਈ ਹੈ,
ਵੱਲ ਲੋਕਾਂ ਨੇ ਲਾਈਕ ਕੀਤੀ, ਉਹ ਵੀ ਬਿਨਾਂ ਪ੍ਰਮੋਸ਼ਨ ਤੋਂ, ਹੈ ਨਾ। ਲੋਕ ਵੀ ਆਪਣਾ ਇੱਕ ਤਾਂ ਸਿਸਟਮ ਤੋਂ ਵੀ ਤੰਗ ਨੇ ਕੁਛ ਹੱਦ ਤੱਕ, ਇਹਦੇ ਚ ਸੱਚਾਈ ਵੀ ਹੈਗੀ ਹੈ, ਦਿਖਾਉਣਾ ਵੀ ਚਾਹੀਦਾ ਫਿਲਮ ਦੇ ਵਿੱਚ ਵੀ ਕਹਿ ਲਓ ਵੀ ਪੋਲੀਟੀਸ਼ੀਅਨ ਵੀ ਕਿਤੇ ਨਾ ਕਿਤੇ ਇਹਨਾਂ ਦਾ ਹੱਥ ਹੁੰਦਾ। ਨਹੀਂ ਉਹਦੀ ਮੈਂ ਕਿਹਾ ਨਾ, ਜੜ 'ਚ ਜਾਣਾ ਚਾਹੀਦਾ ਵੀ ਜੇ ਬੰਦਾ ਕੋਈ ਗੈਂਗਸਟਰ ਬਣਦਾ ਹੈ ਆਖਿਰ ਉਹਦਾ ਰੀਜਨ ਕੀ ਹੈ, ਆਪਾਂ ਨੂੰ ਰੀਜਨ ਵੀ ਦਿਖਾਉਣਾ ਚਾਹੀਦਾ ਹੈ ਔਰ ਉਹਦਾ ਐਂਡ ਵੀ ਪੋਜ਼ਿਟਿਵ ਦਿਖਾਉਣਾ ਚਾਹੀਦਾ ਹੈ। ਅਲਟੀਮੇਟਲੀ ਮੂਵੀ ਮੈਸੇਜ ਕੀ ਦੇ ਰਹੀ ਹੈ ਇਹ ਬੜਾ ਜ਼ਰੂਰੀ ਹੈ। ਜੇ ਮੈਸੇਜ ਨੈਗੇਟਿਵ ਜਾ ਰਿਹਾ ਫਿਰ ਗਲਤ ਗੱਲ ਹੈ, ਚਾਹੇ ਕੋਈ ਗਾਣਾ ਹੈ ਚਾਹੇ ਮੂਵੀ ਹੈ, ਮੈਸੇਜ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਤੇ ਫਿਲਮ ਦੀ ਬਹੁਤ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਵੀ ਇਹ ਸ਼ੂਟਰ ਕਦੋਂ ਆਵੇ ਤੇ ਦੇਖਣ ਵਾਲੀ ਗੱਲ ਹੋਊਗੀ ਵੀ ਪੋਜ਼ਿਟਿਵ ਰਿਐਕਸ਼ਨ ਦਿੰਦੀ ਹੈ ਫਿਰ ਨੈਗੇਟਿਵ। ਹਾਲਾਂਕਿ ਸਾਰੀ ਟੀਮ ਅੱਛੀ ਹੈ, ਬੀਜੇ ਵੀ ਮੇਰਾ ਭਰਾ ਹੈ, ਉਹਨੇ ਐਕਟਿੰਗ ਵਧੀਆ ਕੀਤੀ ਹੈ, ਕਾਫੀ ਸੁਧਾਰ ਕੀਤਾ ਹੈ ਔਰ ਮੇਰੇ ਵੱਲੋਂ ਬੈਸਟ ਆਫ ਲੱਕ ਹੈ। ਪਰ ਮੈਂ ਚਾਹਾਂਗਾ ਮੂਵੀ 'ਚ ਇੱਕ ਪੋਜ਼ਿਟਿਵ ਮੈਸੇਜ ਹੋਣਾ ਚਾਹੀਦਾ ਹੈ ਕਿ ਜੋ ਅਸਲੀਅਤ ਬੀਤੀ ਉਹ ਦਿਖਾਉਣ, ਕਿਉਂਕਿ ਇੱਕ ਪੋਲੀਟੀਸ਼ੀਅਨ ਵੀ ਵਿੱਚ ਬਹੁਤ ਵੱਡਾ ਹੱਥ ਹੁੰਦਾ ਉਹਨਾਂ ਦਾ। ਦੇਖੋ ਇੱਕ ਤਾਂ ਅਸਲੀਅਤ ਬਿਲਕੁਲ ਜੇ 100% ਕਹੀਏ ਤਾਂ ਜਿਸ ਬੰਦੇ ਨਾਲ ਬੀਤਦੀ ਹੈ ਉਹੀ ਜਾਣਦਾ, ਹੈ ਨਾ। ਪਿੱਛੇ ਜੇ ਅਲੀ ਵੀਰੇ ਨਾਲ ਕੀ ਹੋਇਆ, ਹੈ ਨਾ, ਔਰ ਜੇ ਉਹਦੇ ਨਾਲ ਧੱਕਾ ਹੋਇਆ ਤਾਂ ਬੰਦਾ ਫਿਰ ਗਲਤ ਰਾਹ ਹੀ ਫੜੂਗਾ ਨਾ। ਏਦਾਂ ਹੁੰਦਾ ਜੇ ਕਿਸੇ, ਸਪੈਸ਼ਲੀ ਜੇ ਕਿਸੇ ਸ਼ਰੀਫ ਬੰਦੇ ਨਾਲ ਹੁੰਦਾ, ਜੇ ਮੈਂ ਮੇਰੇ ਨਾਲ ਏਦਾਂ ਹੋਵੇ, ਹੈ ਨਾ, ਫਿਰ ਮੈਂ ਤਾਂ ਇਮੋਸ਼ਨਲ ਜਿਹਾ ਬੰਦਾ ਹੈ ਨਾ, ਰੱਬ ਦਾ ਨਾਂ ਨਿਤਨੇਮੀ ਬੰਦੇ ਆਪਾਂ ਤਾਂ ਕਹਿੰਦੇ ਹਾਂ ਆ ਰਿਹਾ ਪਾਰ। ਪਰ ਉਹਦੀ ਜੜ 'ਚ ਜਾਣਾ ਚਾਹੀਦਾ ਹੈ ਕਿ ਆਖਿਰ ਏਦਾਂ ਹੈ ਤੇ ਕਿਉਂ ਹੈ ਤੇ ਇਹਦਾ ਨਤੀਜਾ ਮਾੜਾ ਹੈ, ਇਹ ਜ਼ਰੂਰ ਦਿਖਾਉਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਅਤੇ ਰਿਸ਼ਮ ਬਾਈ ਬਹੁਤ ਵਧੀਆ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਉਮੀਦ ਹੈ ਕਿ ਦਰਸ਼ਕਾਂ ਨੂੰ ਇੰਟਰਵਿਊ ਵਧੀਆ ਲੱਗੀ ਹੋਊਗੀ। ਅਤੇ ਬਾਈ ਤੁਹਾਡਾ ਜਿਹੜਾ ਗਾਣਾ ਆ ਰਿਹਾ ਉਹਦੇ ਦੋ ਕਬੂਲ ਸੁਣਾ ਦਿਓ ਸਾਨੂੰ ਬਸ। ਬਿਲਕੁਲ, ਸ਼ਹਿਰ ਦੀ ਕੁੜੀ ਹੈ ਇੱਕ, ਉਹ ਮੈਂ ਉਹਨੂੰ ਕਹਿੰਦਾ ਵੀ ਆਹ ਤੈਨੂੰ ਪਿੰਡ ਵਿਖਾਈਏ, ਤਾਂ ਉਹਦਾ ਜਿਹੜਾ ਨਜ਼ਰੀਆ ਹੈ ਪਿੰਡਾਂ ਦੇ ਪ੍ਰਤੀ ਜਾਂ ਪਿੰਡੂ ਲਾਈਫ ਸਟਾਈਲ ਦੇ ਪ੍ਰਤੀ ਉਹ ਨੈਗੇਟਿਵ ਹੈ, ਤੇ ਉਹਨੂੰ ਪਿੰਡ ਘੁਮਾਉਂਦੇ ਆਪਾਂ ਆ ਕੇ, ਤੇ ਉਹਦਾ ਫਿਰ ਨਜ਼ਰੀਆ ਚੇਂਜ ਹੁੰਦਾ, ਦੇਖਦੀ ਹੈ ਵੀ ਯਾਰ ਸਾਡੇ ਤਾਂ ਬਿਲਕੁਲ, ਆਪਾਂ ਤਾਂ ਸ਼ਹਿਰ ਵਾਲੀ ਤਾਂ ਬਿਲਕੁਲ ਪਿੱਛੇ ਹਾਂ, ਸਾਡੇ ਘਰ ਬਾਰ ਤੇ ਐਵਰੀਥਿੰਗ ਬਹੁਤ ਛੋਟੀ ਹੈ, ਇਹਨਾਂ ਨਾਲੋਂ ਸਾਡੀ ਥਿੰਕਿੰਗ ਵੀ ਛੋਟੀ ਹੈ, ਤੇ ਬਾਕੀ ਖੁੱਲ੍ਹੇ ਦਿਲ ਵਾਲੇ ਆ ਪਿੰਡਾਂ ਵਾਲੇ, ਤੇ ਇੱਦਾਂ ਦਾ ਡੂ ਇਟ ਗਾਣਾ ਹੈ। ਅਫਸਾਨਾ ਜੀ ਨੇ ਬੜੀ ਖੂਬਸੂਰਤ ਆਵਾਜ਼ ਹੈ, ਉਹਨਾਂ ਨੇ ਮੇਰੇ ਨਾਲ ਗਾਇਆ, ਬੱਬੂ ਬਰਾੜ ਨੇ ਲਿਖਿਆ ਤੇ ਮਿਊਜ਼ਿਕ ਅੰਪਾਇਰ ਦਾ ਮਿਊਜ਼ਿਕ ਹੈ। ਹਾਂਜੀ ਇੰਦਰ ਵੀਰਾ ਵੀਡੀਓ ਕਰ ਰਿਹਾ। ਹਾਂਜੀ ਨੀ ਡਰ ਨਾ ਤੂੰ ਐ ਮੇਰੀ ਰੱਖੀ, ਡਰ ਨਾ ਤੂੰ ਐ ਮੇਰੀ ਸ਼ੁਕੀਨ ਜੀਏ ਬਾਲੀਏ, ਪਿੰਡੂ ਨੀ ਦਿਲਾਂ ਦੇ ਮਾਰੇ ਚੰਡੀਗੜ੍ਹ ਵਾਲੀਏ, ਨੀ ਤੈਨੂੰ ਵੇਖ ਵੇਖ ਪੂਰਾ ਖੁਸ਼ ਹੋ ਗਿਆ, ਨੀ ਸਾਰਿਆਂ ਤੋਂ ਹੱਥ ਮੈਂ ਕਮਾ, ਨੀ ਤੇਰਾ ਵੈਲਕਮ ਕਰਦਾ ਆਈ ਦਾ, ਨੀ ਸਾਡੇ ਵਾਲਾ ਜੱਟ ਮੈਂ ਕਮਾ। ਕੁੜੀ ਕਹਿੰਦੀ ਹੈ ਮੈਨੂੰ ਵੇਖ ਕੇ ਮੁੱਛਾਂ ਨੂੰ ਵੱਟ ਚਾੜਦੇ ਨੇ ਪਿੰਡਾਂ ਵਾਲੇ ਜੱਟ ਮੁੰਡਿਆ, ਨੀ ਤੇਰਾ ਵੈਲਕਮ ਕਰਦਾ ਆਈ ਦਾ, ਨੀ ਸਾਡੇ ਵਾਲਾ ਜੱਟ ਮੈਂ ਕਮਾ। ਕਿਆ ਬਾਤ ਹੈ ਬਾਈ, ਸੁਪਰ ਹਿੱਟ ਜਾਣਾ ਹੈ, ਤੁਹਾਨੂੰ ਪਹਿਲੀ ਭਵਿੱਖਬਾਣੀ ਕਰਤੀ। ਥੈਂਕ ਯੂ, ਸਾਡੀ ਦੇਸੀ ਤੜਕਾ ਟੀਮ ਨੇ ਪਹਿਲੀ ਰੇਸ਼ਮ ਬਾਈ ਦੀ ਭਵਿੱਖਬਾਣੀ ਕਰਤੀ, ਗਾਣਾ ਸੁਪਰ ਹਿੱਟ ਹੋਊਗਾ। ਬਾਈ ਜੀ ਕਦੋਂ ਆ ਰਿਹਾ ਗਾਣਾ? ਗਾਣਾ ਬਹੁਤ ਜਲਦੀ ਹੈ, ਉਮੀਦ ਹੈ ਕਿ ਫਰਵਰੀ 'ਚ ਰਿਲੀਜ਼ ਹੋ ਜਾਏਗਾ ਦੂਜੇ ਜਾਂ ਤੀਜੇ। ਡੇਟ ਵਗੈਰਾ ਫਾਈਨਲ ਕੀਤੀ? ਹਾਂਜੀ ਡੇਟ ਫਾਈਨਲ ਹੋਣੀ ਹੈ, ਬਸ ਫਿਨਿਸ਼ ਹੋਣ ਵਾਲਾ ਜੀ। ਬਹੁਤ ਬਹੁਤ ਧੰਨਵਾਦ ਰੇਸ਼ਮ ਵੀਰੇ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ। ਥੈਂਕ ਯੂ ਵੀਰੇ, ਥੈਂਕ ਯੂ ਵੈਰੀ ਮੱਚ।